ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਹੁਕਮਾਂ ਦੇ ਮੁਤਾਬਿਕ ਸ਼ਰਾਬ ਦੇ ਠੇਕੇ ਐਕਸਾਈਜ਼ ਡਿਪਾਰਟਮੈਂਟ ਦੇ ਵੱਲੋਂ ਸੀਲ ਕੀਤੇ ਜਾ ਰਹੇ ਨੇ। ਇਸ ਵਕਤ ਅਸੀਂ ਮਹਿਲਾ ਰੋਡ ਸ਼ਰਾਬ ਦੇ ਠੇਕੇ ਦੇ ਸਾਹਮਣੇ ਮੌਜੂਦ ਹਾਂ, ਜਿੱਥੇ ਕਿ ਐਕਸਾਈਜ਼ ਡਿਪਾਰਟਮੈਂਟ ਦੇ ਵੱਲੋਂ ਠੇਕੇਦਾਰਾਂ ਦੇ ਵੱਲੋਂ ਲਗਾਏ ਹੋਏ ਤਾਲਿਆਂ ਦੇ ਉੱਪਰ ਜਿਹੜੀਆਂ ਨੇ ਪੱਕੀਆਂ ਸੀਲਾਂ ਲਗਾਈਆਂ ਜਾ ਰਹੀਆਂ ਨੇ। ਪ੍ਰੋਪਰ ਤੌਰ 'ਤੇ ਜਿਹੜੀਆਂ ਸੀਲਾਂ ਲਗਾ ਕੇ ਜਿਹੜੇ ਇਹ ਤਾਲੇ ਨੇ ਬੰਦ ਕੀਤੇ ਜਾ ਰਹੇ ਨੇ, ਤਾਂ 1 ਤਰੀਕ ਸ਼ਾਮ 7 ਵਜੇ ਤੱਕ ਜਿਹੜੇ ਹੈਗੇ ਨੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ ਇਹ ਦਿਨ, ਇਹ ਸਮਾਂ ਜਿਹੜੀ ਹੈਗੀ ਆ, ਸ਼ਰਾਬ ਪੀਣ ਨੂੰ ਨਹੀਂ ਮਿਲੂਗੀ। ਤਾਂ ਚੋਣਾਂ ਦੇ ਮੱਦੇਨਜ਼ਰ ਇੱਕ ਵੱਡਾ ਫੈਸਲਾ ਲਿਆ ਗਿਆ। ਇੰਸਪੈਕਟਰ ਸਾਹਿਬ ਸਾਡੇ ਨਾਲ ਨੇ, ਸਰ ਕਿਆ ਨਾਮ ਹੈ ਆਪਕਾ ਜੀ? ਮੈਂ ਐਕਸਾਈਜ਼ ਇੰਸਪੈਕਟਰ ਅਸ਼ੋਕ ਕੁਮਾਰ, ਸਰਕਲ ਸੰਗਰੂਰ। ਅਤੇ ਅੱਜ ਚੋਣਾਂ ਦੇ ਮੱਦਰ ਸਾਰੇ ਜੋ ਵੀ ਪੰਜਾਬ ਦੇ ਠੇਕੇ ਨੇ ਸਰਕਾਰ ਦੀਆਂ ਹੁਕਮਾਂ ਅਨੁਸਾਰ ਬੰਦ ਕੀਤੇ ਜਾ ਰਹੇ ਨੇ 5 ਵਜੇ ਤੋਂ ਬਾਅਦ, ਅਤੇ 1 ਤਰੀਕ ਨੂੰ ਸ਼ਾਮ ਨੂੰ 7 ਵਜੇ ਖੁੱਲ੍ਹ ਦਿੱਤੇ ਜਾਣਗੇ। ਅਸ਼ੋਕ ਜੀ, ਇਹ ਜੋ ਪ੍ਰੋਸੈਸ ਆ, ਕਿੰਨੇ ਵਜੇ ਤੁਸੀਂ ਸਟਾਰਟ ਕੀਤਾ ਸੀ, ਕਿੰਨੇ ਠੇਕੇ ਹੁਣ ਤੱਕ ਬੰਦ ਕਰ ਚੁੱਕੇ? 5 ਵਜੇ ਸਟਾਰਟ ਹੋ ਚੁੱਕਾ ਹੈ ਅਤੇ ਲਗਾਤਾਰ ਕੰਟੀਨਿਊ ਅਸੀਂ ਬੰਦ ਕਰਦੇ ਜਾ ਰਹੇ ਹਾਂ। ਵਿੱਚ ਬਾਰ ਵੀ ਨੇ ਜਿਹੜੇ ਹਾਰਡ ਬਾਰ, ਬੀਅਰ ਬਾਰ ਵੀ, ਉਹ ਵੀ ਨਾਲ ਦੀ ਨਾਲ ਬੰਦ ਹੋ ਰਹੇ ਨੇ। ਉਹ ਬਾਰਾਂ ਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਜਾ ਕੇ ਸੀਲ ਕਰ ਰਹੇ, ਕਿਉਂਕਿ ਫਰਿੱਜਾਂ ਦੇ ਵਿੱਚ ਬੀਅਰ ਵਗੈਰਾ ਰੱਖੀ ਹੁੰਦੀ ਹੈ? ਉਹ ਸਾਰਾ ਚੈੱਕ ਕਰਕੇ ਜੀ, ਇੱਕ ਸਟੋਰ ਰੂਮ ਹੈ, ਉਹ ਸਟੋਰ ਰੂਮ 'ਚ ਉਹਨਾਂ ਵੱਲੋਂ ਰਖਵਾ ਕੇ ਬਾਰ ਸੀਲ ਕੀਤੀ ਜਾਂਦੀ ਹੈ। ਠੀਕ ਹੈ, ਹਾਂਜੀ। ਹੁਣ ਤੱਕ ਸ਼ਹਿਰ ਸੰਗਰੂਰ 'ਚ ਕਿੰਨੇ ਤੁਸੀਂ ਠੇਕੇ ਜਿਹੜੇ ਸੀਲ ਕਰ ਚੁੱਕੇ ਹੋ? ਅਸੀਂ ਇਸ ਟਾਈਮ ਘੱਟੋ ਘੱਟ 5-7 ਠੇਕੇ ਅਤੇ 4-5 ਬੀਅਰ ਬਾਰ ਕਰ ਚੁੱਕੇ ਹਾਂ। ਅਸ਼ੋਕ ਜੀ, ਕਈ ਵਾਰ ਸ਼ਿਕਾਇਤ ਆਉਂਦੀ ਹੈ ਜਿਹੜੀਆਂ ਆਹ ਚੋਰ ਖਿੜਕੀਆਂ ਹੁੰਦੀਆਂ ਨੇ, ਇਹ ਚੋਰ ਖਿੜਕੀਆਂ ਦੇ ਰਾਹੀਂ ਜਿਹੜੇ ਠੇਕੇਦਾਰ ਨੇ ਵੇਚੀ ਜਾਂਦੇ ਨੇ ਜਾਂ ਕਈ ਬਾਹਰ ਤੋਂ ਵੇਚੀ ਜਾਂਦੇ, ਤਾਂ ਉਹਨਾਂ ਦੇ ਉੱਪਰ ਕੀ ਕਾਰਵਾਈ ਹੋਊਗੀ ਤੁਹਾਡੇ ਵੱਲੋਂ? ਨਹੀਂ, ਇਸ ਤਰ੍ਹਾਂ ਦਾ ਤਾਂ ਕਦੇ ਹੋਇਆ ਨਹੀਂ, ਕਿਉਂਕਿ ਇਸ ਸਮੇਂ ਜਿਹੜਾ ਅੰਦਰ ਕੋਈ ਬੰਦਾ ਅਸੀਂ ਨਹੀਂ ਹੈ, ਕਿਉਂਕਿ ਇਹ 2-3 ਦਿਨ ਲਈ ਬੰਦ ਰਹਿਣੇ ਆ, ਇਸ ਕਰਕੇ ਅੰਦਰ ਤਾਂ ਕੋਈ ਹੈ ਨਹੀਂ। ਔਰ ਬਾਹਰ ਜਿਹੜੀ ਵੀ ਕੋਈ ਨਜਾਇਜ਼ ਵੇਚੂਗਾ ਔਰ ਉਹਦੇ ਖਿਲਾਫ਼ ਐਕਸਾਈਜ਼ ਵਿਭਾਗ ਵੱਲੋਂ ਆਬਕਾਰੀ ਨੀਤੀ ਅਨੁਸਾਰ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ। 2 ਦਿਨ ਪੂਰੇ ਚੌਕਸ ਰਹੋਗੇ, ਗੱਡੀਆਂ ਤੋਂ ਨਹੀਂ ਰਹਿਣਗੇ? ਅਸੀਂ ਸਮੇਂ ਸਮੇਂ ਸਿਰ ਇਹਨਾਂ ਨੂੰ ਚੈੱਕ ਕਰਦੇ ਰਹਾਂਗੇ ਕੱਲ੍ਹ ਤੋਂ, ਅਤੇ ਜਦ ਤੱਕ ਇਹ ਸ਼ਾਮ ਨੂੰ 7 ਵਜੇ ਪਰਸੋਂ ਤੱਕ ਜਿਹੜਾ ਕਾਰਜਕ੍ਰਮ ਇਹ ਰਹੇਗਾ, ਉਹ ਦੌਰਾਨ ਇਹਨੂੰ ਚੈੱਕ ਕੀਤਾ ਜਾਏਗਾ। ਤਾਂ ਬਿਲਕੁਲ ਤੁਹਾਨੂੰ ਸੀਲਾਂ ਦਿਖਾਵਾਂ, ਤਾਂ ਜਿਹੜੀਆਂ ਸੀਲਾਂ ਨੇ ਤਾਲਿਆਂ ਦੇ ਉੱਪਰ ਬਿਲਕੁਲ ਲਗਾ ਦਿੱਤੀਆਂ ਗਈਆਂ ਨੇ, ਪ੍ਰੋਪਰ ਤੌਰ ਦੇ ਉੱਪਰ ਜਿਹੜੀ ਹੈਗੀ ਆ ਸੀਲਬੰਦੀ ਕਰ ਦਿੱਤੀ ਗਈ ਆ। ਤਾਂ ਤਕਰੀਬਨ ਕੀਤੇ ਗਏ ਨੇ ਹਾਤੇ ਵੀ ਨਾਲ ਦੇ ਨਾਲ, ਠੇਕੇ ਦੇ ਨਾਲ ਹਾਤੇ ਵੀ ਸੀਲ ਕੀਤੇ ਗਏ ਨੇ। ਤਾਂ ਹਾਤਿਆਂ ਦੇ ਉੱਪਰ ਅਗਰ ਜਿਵੇਂ ਕੋਈ ਹੋਰ ਚੀਜ਼ ਖਾਣ ਪੀਣ ਦਾ, ਉਹ ਵੀ ਬਿਲਕੁਲ ਬੰਦ? ਬਿਲਕੁਲ ਬੰਦ ਮਿਲੇਗਾ ਜੀ, ਬਿਲਕੁਲ ਬੰਦ ਮਿਲੇਗਾ। ਨਾ ਹੀ ਇੱਥੇ ਕੋਈ ਸ਼ਰਾਬ ਵੀ ਦਿੱਤੀ ਜਾਏਗੀ, ਨਾ ਕੋਈ ਹੋਰ ਕਿਸੇ ਤਰ੍ਹਾਂ ਦਾ ਮਤਲਬ ਇਹ ਖਾਣ ਪੀਣ ਦਾ ਹੋਏਗਾ ਇੱਥੇ। ਤਾਂ ਬਿਲਕੁਲ ਮਹਿਲਾ ਰੋਡ ਦੇ ਉੱਪਰ ਜਿਹੜਾ ਇੱਕ ਠੇਕਾ ਬਣਿਆ ਹੋਇਆ ਉੱਥੇ ਮੌਜੂਦ ਆ, ਤਾਂ ਸੰਗਰੂਰ ਸ਼ਹਿਰ ਦੇ ਲਗਭਗ ਸਾਰੇ ਠੇਕਿਆਂ ਦੇ ਉੱਪਰ ਜਿਹੜੀ ਆ ਟੀਮ ਪਹੁੰਚੀ ਹੋਈ ਆ, ਜਿਹੜੀ ਸੀਲ ਆ ਤਾਲਿਆਂ ਨੂੰ ਕੀਤਾ ਜਾ ਰਿਹਾ। ਤਾਂ ਤਕਰੀਬਨ 50 ਘੰਟੇ ਆਪਾਂ ਕਹਿ ਸਕਦੇ ਹਾਂ, ਕਿਉਂਕਿ ਸ਼ਾਮ 5 ਵਜੇ ਤੋਂ ਲੈ ਕੇ 1 ਤਰੀਕ ਦੇ ਸ਼ਾਮ 7 ਵਜੇ ਤੱਕ ਜਿਹੜੇ ਸ਼ਰਾਬ ਦੇ ਠੇਕੇ ਨੇ ਬੰਦ ਰਹਿਣਗੇ। ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਅਤੇ ਉਹਦੇ ਮੁਤਾਬਕ ਐਕਸਾਈਜ਼ ਡਿਪਾਰਟਮੈਂਟ ਆਪਣਾ ਕੰਮ ਕਰ ਰਿਹਾ। ਸੰਗਰੂਰ ਤੋਂ ਚਰਨਜੀਤ ਕੌਸ਼ਲ, ਨਿਊਜ਼ 18 ਪੰਜਾਬ। ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਹੁਕਮਾਂ ਦੇ ਮੁਤਾਬਿਕ ਸ਼ਰਾਬ ਦੇ ਠੇਕੇ ਐਕਸਾਈਜ਼ ਡਿਪਾਰਟਮੈਂਟ ਦੇ ਵੱਲੋਂ ਸੀਲ ਕੀਤੇ ਜਾ ਰਹੇ ਨੇ। ਇਸ ਵਕਤ ਅਸੀਂ ਮਹਿਲਾ ਰੋਡ ਸ਼ਰਾਬ ਦੇ ਠੇਕੇ ਦੇ ਸਾਹਮਣੇ ਮੌਜੂਦ ਹਾਂ, ਜਿੱਥੇ ਕਿ ਐਕਸਾਈਜ਼ ਡਿਪਾਰਟਮੈਂਟ ਦੇ ਵੱਲੋਂ ਠੇਕੇਦਾਰਾਂ ਦੇ ਵੱਲੋਂ ਲਗਾਏ ਹੋਏ ਤਾਲਿਆਂ ਦੇ ਉੱਪਰ ਜਿਹੜੀਆਂ ਨੇ ਪੱਕੀਆਂ ਸੀਲਾਂ ਲਗਾਈਆਂ ਜਾ ਰਹੀਆਂ ਨੇ। ਪ੍ਰੋਪਰ ਤੌਰ 'ਤੇ ਜਿਹੜੀਆਂ ਸੀਲਾਂ ਲਗਾ ਕੇ ਜਿਹੜੇ ਇਹ ਤਾਲੇ ਨੇ ਬੰਦ ਕੀਤੇ ਜਾ ਰਹੇ ਨੇ। ਤਾਂ 1 ਤਰੀਕ ਸ਼ਾਮ 7 ਵਜੇ ਤੱਕ ਜਿਹੜੇ ਹੈਗੇ ਨੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ ਇਹ ਦਿਨ, ਇਹ ਸਮਾਂ ਜਿਹੜੀ ਹੈਗੀ ਆ, ਸ਼ਰਾਬ ਪੀਣ ਨੂੰ ਨਹੀਂ ਮਿਲੂਗੀ। ਤਾਂ ਚੋਣਾਂ ਦੇ ਮੱਦੇਨਜ਼ਰ ਇੱਕ ਵੱਡਾ ਫੈਸਲਾ ਲਿਆ ਗਿਆ। ਇੰਸਪੈਕਟਰ ਸਾਹਿਬ ਸਾਡੇ ਨਾਲ ਨੇ, ਸਰ ਕਿਆ ਨਾਮ ਹੈ ਆਪਕਾ ਜੀ? ਮੈਂ ਐਕਸਾਈਜ਼ ਇੰਸਪੈਕਟਰ ਅਸ਼ੋਕ ਕੁਮਾਰ, ਸਰਕਲ ਸੰਗਰੂਰ। ਅਤੇ ਅੱਜ ਚੋਣਾਂ ਦੇ ਮੱਦਰ ਸਾਰੇ ਜੋ ਵੀ ਪੰਜਾਬ ਦੇ ਠੇਕੇ ਨੇ ਸਰਕਾਰ ਦੀਆਂ ਹੁਕਮਾਂ ਅਨੁਸਾਰ ਬੰਦ ਕੀਤੇ ਜਾ ਰਹੇ ਨੇ 5 ਵਜੇ ਤੋਂ ਬਾਅਦ, ਅਤੇ 1 ਤਰੀਕ ਨੂੰ ਸ਼ਾਮ ਨੂੰ 7 ਵਜੇ ਖੁੱਲ੍ਹ ਦਿੱਤੇ ਜਾਣਗੇ। ਅਸ਼ੋਕ ਜੀ, ਇਹ ਜੋ ਪ੍ਰੋਸੈਸ ਆ, ਕਿੰਨੇ ਵਜੇ ਤੁਸੀਂ ਸਟਾਰਟ ਕੀਤਾ ਸੀ, ਕਿੰਨੇ ਠੇਕੇ ਹੁਣ ਤੱਕ ਬੰਦ ਕਰ ਚੁੱਕੇ? 5 ਵਜੇ ਸਟਾਰਟ ਹੋ ਚੁੱਕਾ ਹੈ
ਅਤੇ ਲਗਾਤਾਰ ਕੰਟੀਨਿਊ ਅਸੀਂ ਬੰਦ ਕਰਦੇ ਜਾ ਰਹੇ ਹਾਂ। ਵਿੱਚ ਬਾਰ ਵੀ ਨੇ ਜਿਹੜੇ ਹਾਰਡ ਬਾਰ, ਬੀਅਰ ਬਾਰ ਵੀ, ਉਹ ਵੀ ਨਾਲ ਦੀ ਨਾਲ ਬੰਦ ਹੋ ਰਹੇ ਨੇ। ਉਹ ਬਾਰਾਂ ਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਜਾ ਕੇ ਸੀਲ ਕਰ ਰਹੇ ਹੋ, ਕਿਉਂਕਿ ਫਰਿੱਜਾਂ ਦੇ ਵਿੱਚ ਬੀਅਰ ਵਗੈਰਾ ਰੱਖੀ ਹੁੰਦੀ ਹੈ? ਉਹ ਸਾਰਾ ਚੈੱਕ ਕਰਕੇ ਜੀ, ਇੱਕ ਸਟੋਰ ਰੂਮ ਹੈ, ਉਹ ਸਟੋਰ ਰੂਮ 'ਚ ਉਹਨਾਂ ਵੱਲੋਂ ਰਖਵਾ ਕੇ ਬਾਰ ਸੀਲ ਕੀਤੀ ਜਾਂਦੀ ਹੈ। ਠੀਕ ਹੈ, ਹਾਂਜੀ। ਹੁਣ ਤੱਕ ਸ਼ਹਿਰ ਸੰਗਰੂਰ 'ਚ ਕਿੰਨੇ ਤੁਸੀਂ ਠੇਕੇ ਜਿਹੜੇ ਸੀਲ ਕਰ ਚੁੱਕੇ ਹੋ? ਅਸੀਂ ਇਸ ਟਾਈਮ ਘੱਟੋ ਘੱਟ 5-7 ਠੇਕੇ ਅਤੇ 4-5 ਬੀਅਰ ਬਾਰ ਕਰ ਚੁੱਕੇ ਹਾਂ। ਅਸ਼ੋਕ ਜੀ, ਕਈ ਵਾਰ ਸ਼ਿਕਾਇਤ ਆਉਂਦੀ ਹੈ ਜਿਹੜੀਆਂ ਆਹ ਚੋਰ ਖਿੜਕੀਆਂ ਹੁੰਦੀਆਂ ਨੇ, ਇਹ ਚੋਰ ਖਿੜਕੀਆਂ ਦੇ ਰਾਹੀਂ ਜਿਹੜੇ ਠੇਕੇਦਾਰ ਨੇ ਵੇਚੀ ਜਾਂਦੇ ਨੇ ਜਾਂ ਕਈ ਬਾਹਰ ਤੋਂ ਵੇਚੀ ਜਾਂਦੇ, ਤਾਂ ਉਹਨਾਂ ਦੇ ਉੱਪਰ ਕੀ ਕਾਰਵਾਈ ਹੋਊਗੀ ਤੁਹਾਡੇ ਵੱਲੋਂ? ਨਹੀਂ, ਇਸ ਤਰ੍ਹਾਂ ਦਾ ਤਾਂ ਕਦੇ ਹੋਇਆ ਨਹੀਂ, ਕਿਉਂਕਿ ਇਸ ਸਮੇਂ ਜਿਹੜਾ ਅੰਦਰ ਕੋਈ ਬੰਦਾ ਅਸੀਂ ਨਹੀਂ ਹੈ, ਕਿਉਂਕਿ ਇਹ 2-3 ਦਿਨ ਲਈ ਬੰਦ ਰਹਿਣੇ ਹੈ, ਇਸ ਕਰਕੇ ਅੰਦਰ ਤਾਂ ਕੋਈ ਹੈ ਨਹੀਂ। ਔਰ ਬਾਹਰ ਜਿਹੜੀ ਵੀ ਕੋਈ ਨਜਾਇਜ਼ ਵੇਚੂਗਾ ਔਰ ਹੈ, ਉਹਦੇ ਖਿਲਾਫ਼ ਐਕਸਾਈਜ਼ ਵਿਭਾਗ ਵੱਲੋਂ ਆਬਕਾਰੀ ਨੀਤੀ ਅਨੁਸਾਰ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ। 2 ਦਿਨ ਪੂਰੇ ਚੌਕਸ ਰਹੋਗੇ, ਗੱਡੀਆਂ ਤੁਹਾਡੀਆਂ ਰਹਿਣਗੀਆਂ? ਅਸੀਂ ਸਮੇਂ ਸਮੇਂ ਸਿਰ ਇਹਨਾਂ ਨੂੰ ਚੈੱਕ ਕਰਦੇ ਰਹਾਂਗੇ ਕੱਲ੍ਹ ਤੋਂ, ਅਤੇ ਜਦ ਤੱਕ ਇਹ ਸ਼ਾਮ ਨੂੰ 7 ਵਜੇ ਪਰਸੋਂ ਤੱਕ ਜਿਹੜਾ ਕਾਰਜਕ੍ਰਮ ਇਹ ਰਹੇਗਾ, ਉਹ ਦੌਰਾਨ ਇਹਨੂੰ ਚੈੱਕ ਕੀਤਾ ਜਾਏਗਾ। ਤਾਂ ਬਿਲਕੁਲ ਤੁਹਾਨੂੰ ਸੀਲਾਂ ਦਿਖਾਵਾਂ, ਤਾਂ ਜਿਹੜੀਆਂ ਸੀਲਾਂ ਨੇ ਤਾਲਿਆਂ ਦੇ ਉੱਪਰ ਬਿਲਕੁਲ ਲਗਾ ਦਿੱਤੀਆਂ ਗਈਆਂ ਨੇ, ਪ੍ਰੋਪਰ ਤੌਰ ਦੇ ਉੱਪਰ ਜਿਹੜੀ ਹੈਗੀ ਆ ਸੀਲਬੰਦੀ ਕਰ ਦਿੱਤੀ ਗਈ ਆ। ਤਾਂ ਤਕਰੀਬਨ ਕੀਤੇ ਗਏ ਨੇ ਹਾਤੇ ਵੀ ਨਾਲ ਦੇ ਨਾਲ, ਠੇਕੇ ਦੇ ਨਾਲ ਹਾਤੇ ਵੀ ਸੀਲ ਕੀਤੇ ਗਏ ਨੇ। ਤਾਂ ਹਾਤਿਆਂ ਦੇ ਉੱਪਰ ਅਗਰ ਜਿਵੇਂ ਕੋਈ ਹੋਰ ਚੀਜ਼ ਖਾਣ ਪੀਣ ਦਾ, ਉਹ ਵੀ ਬਿਲਕੁਲ ਬੰਦ? ਬਿਲਕੁਲ ਬੰਦ ਮਿਲੇਗਾ ਜੀ, ਬਿਲਕੁਲ ਬੰਦ ਮਿਲੇਗਾ। ਨਾ ਇੱਥੇ ਕੋਈ ਸ਼ਰਾਬ ਵੀ ਦਿੱਤੀ ਜਾਏਗੀ, ਨਾ ਕੋਈ ਹੋਰ ਕਿਸੇ ਤਰ੍ਹਾਂ ਦਾ ਮਤਲਬ ਇਹ ਖਾਣ ਪੀਣ ਦਾ ਹੋਏਗਾ ਇੱਥੇ। ਤਾਂ ਬਿਲਕੁਲ ਮਹਿਲਾ ਰੋਡ ਦੇ ਉੱਪਰ ਜਿਹੜਾ ਇੱਕ ਠੇਕਾ ਬਣਿਆ ਹੋਇਆ ਉੱਥੇ ਮੌਜੂਦ ਆ, ਤਾਂ ਸੰਗਰੂਰ ਸ਼ਹਿਰ ਦੇ ਲਗਭਗ ਸਾਰੇ ਠੇਕਿਆਂ ਦੇ ਉੱਪਰ ਜਿਹੜੀ ਆ ਟੀਮ ਪਹੁੰਚੀ ਹੋਈ ਆ, ਜਿਹੜੀ ਸੀਲ ਆ ਤਾਲਿਆਂ ਨੂੰ ਕੀਤਾ ਜਾ ਰਿਹਾ। ਤਾਂ ਤਕਰੀਬਨ 50 ਘੰਟੇ ਆਪਾਂ ਕਹਿ ਸਕਦੇ ਹਾਂ, ਕਿਉਂਕਿ ਸ਼ਾਮ 5 ਵਜੇ ਤੋਂ ਲੈ ਕੇ 1 ਤਰੀਕ ਦੇ ਸ਼ਾਮ 7 ਵਜੇ ਤੱਕ ਜਿਹੜੇ ਸ਼ਰਾਬ ਦੇ ਠੇਕੇ ਨੇ ਬੰਦ ਰਹਿਣਗੇ। ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਅਤੇ ਉਹਦੇ ਮੁਤਾਬਕ ਐਕਸਾਈਜ਼ ਡਿਪਾਰਟਮੈਂਟ ਆਪਣਾ ਕੰਮ ਕਰ ਰਿਹਾ। ਸੰਗਰੂਰ ਤੋਂ ਚਰਨਜੀਤ ਕੌਸ਼ਲ, ਨਿਊਜ਼ 18 ਪੰਜਾਬ।